ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਜਾਣਕਾਰੀ ਲਵਾਂਗੇ BST ਦਾ ਜਿਹੜਾ ਨਵਾਂ ਟਰੈਕਟਰ ਲਾਂਚ ਹੋਇਆ, BST ਜ਼ੀਟੋਰ 4511, ਜਿਹਨੂੰ ਆਪਾਂ ਪੰਜਾਬੀ ਜੀਟਰ ਵੀ ਕਹਿ ਦਿੰਦੇ ਹਾਂ। ਇਸ ਟਰੈਕਟਰ ਬਾਰੇ, 5011 ਬਾਰੇ ਜੋ ਇਸ ਤੋਂ ਉੱਪਰਲੀ ਸੀਰੀਜ਼ ਵਿੱਚ ਹੈ, ਉਸ ਬਾਰੇ ਆਪਾਂ ਪਹਿਲਾਂ ਜਾਣਕਾਰੀ ਦੇ ਚੁੱਕੇ ਹਾਂ। ਉਸ ਦਾ ਵੀਡੀਓ ਡਿਸਕ੍ਰਿਪਸ਼ਨ ਆਪਾਂ ਦੇ ਦਾਂਗੇ। ਉਸ ਦੇ ਨਾਲ ਹੀ ਐਡ ਕਰਦੇ ਹੋਏ ਹੁਣ ਆਪਾਂ ਇਹ ਜਿਹੜਾ ਸੈਕਿੰਡ ਮਾਡਲ ਆ, ਦੂਜਾ ਮਾਡਲ, ਮਤਲਬ ਕਿ ਇਸ ਦੇ 3 ਮਾਡਲ ਆਉਂਦੇ ਜੀ, 5011, 4511 ਅਤੇ 4211। ਸੋ ਅੱਜ ਦੀ ਵੀਡੀਓ ਆਪਣੀ 4511 ਬਾਰੇ ਹੈ। ਇਸ ਦੇ ਵਿੱਚ ਉਹੀ 5011 ਵਾਲਾ ਸੇਮ ਇੰਜਨ ਹੈਗਾ ਜੀ, 3 ਸਿਲੰਡਰ ਵਾਲਾ ਇਹ ਇੰਜਨ ਆ ਔਰ 2942 CC ਵਿੱਚ ਇਹ ਇੰਜਨ ਆ। ਇਸ ਦਾ ਜੇ ਬੋਰ ਐਂਡ ਸਟਰੋਕ ਦੇਖੀਏ ਤਾਂ 102 mm ਬਾਏ 120 mm ਦਾ ਇਹਦਾ ਸਟਰੋਕ ਆ ਔਰ ਬਹੁਤ ਹੀ ਸੋਹਣੀ ਇਹਦੀ ਆਵਾਜ਼ ਆ, ਜੋ ਜ਼ੀਟਰ ਦੀ ਪਹਿਲਾਂ ਪੁਰਾਣੇ ਜ਼ੀਟਰ ਦੀ ਆਵਾਜ਼ ਹੁੰਦੀ ਸੀਗੀ, ਉਸ ਤੋਂ ਵੀ ਪਿਆਰੀ ਆਵਾਜ਼ ਹੈ ਇਸਦੀ। ਅਤੇ ਬਾਕੀ ਦੇ ਫੀਚਰਸ ਇਹਦੇ 5011 ਵਾਲੇ ਆ ਸੇਮ, ਉਸ ਨਾਲੋਂ ਸਿਰਫ ਇਹਦੇ ਵਿੱਚ ਜੋ ਫਰਕ ਹੈ ਉਹ ਟਾਇਰਾਂ ਦਾ ਅਤੇ ਮਗਰਾਟਰਾਂ ਦਾ ਫਰਕ ਹੈ ਮੇਨ। ਇਸ ਦੇ ਵਿੱਚ ਜੋ ਟਾਇਰ ਸਾਈਜ਼ ਹੈ ਉਹ 14x28 ਅਤੇ 13x28 ਆਉਂਦਾ। ਫਰੰਟ ਟਾਇਰ ਹੈ ਉਹ 6x16 ਅਤੇ 6x16 ਵਿੱਚ, ਜਿਹੜਾ 13 ਦਾ ਹੈ ਉਹਦੇ ਵਿੱਚ 6x16 ਆਊਗਾ ਅਤੇ ਇਸ ਟਰੈਕਟਰ ਦੇ ਵਿੱਚ 6x16 ਦਾ ਫਰੰਟ ਟਾਇਰ ਆ। ਹੁਣ ਇਸ ਦੀਆਂ ਬਾਕੀ ਖੂਬੀਆਂ ਆਪਾਂ ਦੱਸ ਹੀ ਚੁੱਕੇ ਹਾਂ ਪਹਿਲਾਂ, ਬਹੁਤ ਹੀ ਵਾਈਡ ਪਲੈਟਫਾਰਮ ਹੈ, ਅੰਡਰਹੁੱਡ ਮਫਲਰ ਆ, ਹੁਣ ਸ਼ੋਰਟ ਵਿੱਚ ਦੁਬਾਰਾ ਦੱਸ ਦਿੰਦੇ ਹਾਂ। ਇਸ ਦਾ ਕੰਪੋਜ਼ਿਟ ਦਾ ਬੋਡਨੇਟ ਆ, ਜਿਸ ਦੀ ਪੇਂਟ ਫਿਨਿਸ਼ ਤੁਸੀਂ ਦੇਖ ਹੀ ਸਕਦੇ ਹੋ, ਬਹੁਤ ਹੀ ਵਧੀਆ ਪੇਂਟ ਫਿਨਿਸ਼ ਹੈ ਇਹਦੀ। ਇੰਟੀਗ੍ਰੇਟਿਡ ਹੈੱਡਲਾਈਟਸ ਆ, ਫਰੰਟ ਦੇ ਉੱਪਰ ਵੇਟ ਲਗਾਉਣ ਲਈ ਇੱਥੇ ਜਗ੍ਹਾ ਦਿੱਤੀ ਗਈ ਹੈ, ਫਰੰਟ ਵੇਟ ਆਪਣੇ ਕੋਲ ਅਵੇਲੇਬਲ ਆ, ਜੋ ਕਿ ਅਸੈਸਰੀ ਵਿੱਚ ਮਿਲਣਗੇ ਜੇ ਕਿਸੇ ਨੂੰ ਚਾਹੀਦੇ ਹਨ। ਇਸ ਦੇ ਇੱਕ ਸਾਈਡ ਦੇ ਉੱਪਰ ਪਾਏਦਾਨ ਆ, ਪਰ ਜੇ ਐਕਸਟਰਾ ਪਾਏਦਾਨ ਦੂਸਰੀ ਸਾਈਡ 'ਤੇ ਵੀ ਕੋਈ ਲਗਵਾਉਣਾ ਚਾਹੁੰਦਾ ਤਾਂ ਉਹ ਵੀ ਲੱਗ ਸਕਦਾ। ਅਤੇ ਸੇਮ ਉਹੀ ਹਾਈਲੋ ਵਿੱਚ ਇਹਦੇ ਗੇਅਰ ਆ, ਹਾਈਲੋ ਦੇ ਵਿੱਚ 4 ਗੇਅਰ ਅਤੇ ਗਰਾਊਂਡ ਜਿਹੜੀ PTO ਗਰਾਊਂਡ ਸਪੀਡ, ਜਿਹਨੂੰ ਗੇਅਰ ਸਪੀਡ PTO ਵੀ ਕਹਿ ਦਿੰਦੇ ਆ, ਉਹ PTO ਆ, ਇੰਡੀਪੈਂਡੈਂਟ PTO ਵੀ ਆ ਅਤੇ ਗੇਅਰ PTO ਵੀ ਆ। ਔਰ ਤੇਲ 'ਚ ਡੁੱਬੀਆਂ ਬ੍ਰੇਕਾਂ ਜੀ। ਇਸ ਦੇ ਪਿੱਛੇ ਆ ਕੇ ਆਪਾਂ ਇਸ ਦੇ ਬਾਕੀ ਫੀਚਰਸ ਬਾਰੇ ਜਾਣਦੇ ਹਾਂ। 1800 kg ਲਿਫਟ ਕਪੈਸਿਟੀ ਆ, ਡਬਲ ਡਿਸਟ੍ਰੀਬਿਊਟਰ ਜੀ ਇਹਦੇ ਵਿੱਚ, ਔਰ ਅਸੈਸਰੀ ਲਗਾਉਣ ਲਈ ਪਿੱਛੇ ਟਰੋਲੀ ਵਗੈਰਾ ਨੂੰ ਲਾਈਟਾਂ ਦੇਣ ਲਈ ਇਹ ਕਪਲਰ ਜੋ ਆਉਂਦਾ ਹੀ ਹੈ, ਔਰ ਡਬਲ ਐਕਟਿੰਗ ਡਿਸਟ੍ਰੀਬਿਊਟਰ ਇਹਦੇ ਵਿੱਚ, ਕਿ ਜਿਸ ਤਰ੍ਹਾਂ ਆਪਾਂ MB ਪਲਾਓ ਚਲਾਉਂਦੇ ਹਾਂ ਅਤੇ ਪਲਟਾਵੀਂ ਹਲ ਚਲਾਉਂਦੇ ਹਾਂ, ਉਹ ਵੀ ਇਹਦੇ ਉੱਪਰ ਚੱਲ ਸਕਣਗੇ। ਇਸ ਦੇ ਵਿੱਚ ਜੋ ਐਡੀਸ਼ਨਲ ਫੀਚਰਸ ਆ ਦੂਸਰੇ ਟਰੈਕਟਰਾਂ ਨਾਲੋਂ ਵੱਖਰਾ, ਉਹ ਇਹ ਹੈ ਜੀ VZ ਮੈਟਿਕ। ਇਸ ਦੇ ਨਾਲ ਤੁਸੀਂ ਜਦੋਂ ਸਪੋਜ਼ ਕਰੋ ਜਿਵੇਂ ਆਪਾਂ ਹੱਲ ਚਲਾ ਰਹੇ ਹਾਂ ਤਾਂ ਬੰਨਾ ਆ ਗਿਆ ਖੇਤ ਦਾ, ਉਦੋਂ ਆਪਾਂ ਇਹਨੂੰ ਪ੍ਰੈਸ ਕਰ ਦਾਂਗੇ ਅਤੇ ਇਹ ਲਿਫਟ ਲੋਕ ਲੱਗ ਜਾਏਗੀ, ਅਤੇ ਉਹਦੇ ਨਾਲ ਕੀ ਹੋਏਗਾ ਇਹਦੇ ਜਿਹੜੀ ਲਿਫਟ ਹੈ ਉੱਪਰ ਨੂੰ ਚੱਕੀ ਜਾਊਗੀ, ਅਤੇ ਜਦੋਂ ਆਪਾਂ ਲੀਵਰ ਨੂੰ ਰਿਲੀਜ਼ ਕਰਾਂਗੇ ਉਸ ਤੋਂ ਬਾਅਦ ਜਿੱਥੇ ਪਹਿਲਾਂ ਵਾਲੀ ਸੈਟਿੰਗ ਸੀਗੀ ਉੱਥੇ ਹੀ ਆਪਣੀ ਲਿਫਟ ਵਾਪਸ ਆ ਜਾਏਗੀ। ਇੱਦਾਂ
ਸੋ ਬਾਕੀ ਫੀਚਰਸ 50-11 ਵਾਲੀ ਸੇਮ ਹੀ ਆ, ਸੇਮ ਉਹੀ ਇੰਜਨ ਆ, ਉਹੀ ਸਾਰਾ ਕੁਛ ਆ, ਸਿਰਫ ਮੇਨ ਟਾਇਰਾਂ ਦਾ ਇਹਦਾ ਫਰਕ ਆ। ਹੁਣ ਇਸ ਦਾ ਖੋਲ੍ਹ ਕੇ ਆਪਾਂ ਇੰਜਨ ਦਿਖਾਉਂਦੇ ਹਾਂ। ਇਹ 50-11 ਮਾਡਲ ਹੈ ਜੀ, ਇਸ ਬਾਰੇ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ ਆਪਾਂ। ਔਰ ਇਹ ਇਹਨਾਂ ਦਾ ਵਿਰਾਜ ਟਰੈਕਟਰਾਂ ਦਾ, ਜੋ ਵਿਰਾਜ ਸ਼ਕਤੀ ਇਹ VST ਕਿਰਲੋਸਕਰ ਇੰਜਨ ਵਿੱਚ ਆਉਂਦਾ ਹੈ, ਇਹ ਪਹਿਲਾਂ ਤੋਂ ਹੀ ਆ ਰਿਹਾ ਟਰੈਕਟਰ, ਇਹ ਵੀ ਆਪਣੇ ਕੋਲ ਅਵੇਲੇਬਲ ਆ। ਸੋ ਜ਼ੀਟਰ 4511 ਦੇ ਫੀਚਰਸ ਜਾਣਦੇ ਆਪਾਂ। ਕੰਪੋਜ਼ਿਟ ਦਾ ਇਸਦਾ ਬੋਨਟ ਆ। ਹੁਣ ਇਸਦਾ ਆਪਾਂ ਬੋਨਟ ਖੋਲ੍ਹ ਕੇ ਡਬਲ ਐਕਟਿੰਗ ਇਸਦੇ ਵਿੱਚ ਹਾਈਡਰੋਲਿਕ ਸ਼ੌਕਰਸ ਆ। ਸੋ ਬੋਨਟ ਬਹੁਤ ਆਸਾਨੀ ਨਾਲ ਖੁੱਲ੍ਹ ਜਾਂਦਾ। ਅਤੇ ਅੱਜ ਆਪਣੇ ਕੋਲ VST ਕੰਪਨੀ ਵੱਲੋਂ ਅਮਰ ਸਿੰਘ ਜੀ, ਇਹਨਾਂ ਦੇ ਜੋ ਇੰਜੀਨੀਅਰ ਆ, ਉਹ ਆਏ ਹੋਏ ਆ। ਆਪਾਂ ਇਹਨਾਂ ਕੋਲੋਂ ਟਰੈਕਟਰ ਬਾਰੇ ਹੋਰ ਪੁੱਛਦੇ ਹਾਂ ਕੀ ਖੂਬੀਆਂ ਨੇ ਇਸ ਟਰੈਕਟਰ ਵਿੱਚ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਆ ਸਾਡੇ ਚੈਨਲ 'ਤੇ। ਸਰ ਦੱਸੋ ਜੀ, ਸਰ ਇਹਦੇ ਵਿੱਚ ਨਵੇਂ ਕੀ ਫੀਚਰਸ ਆ ਕਿ ਲੋਕ ਦੂਸਰੇ ਟਰੈਕਟਰ ਨੂੰ ਛੱਡ ਕੇ VST ਜ਼ੀਟਰ ਲੈਣ? ਸਤਿ ਸ਼੍ਰੀ ਅਕਾਲ ਸਰ, ਮੈਂ ਆਪਕੋ ਆਪਣੇ ਟਰੈਕਟਰ ਕੇ ਬਾਰੇ ਮੈਂ ਜੋ 4511 ਹੈ ਉਸਕੇ ਫੀਚਰ ਆਪਕੋ ਦੱਸਣਾ ਚਾਹੁੰਦਾ ਹੂੰ। ਔਰ ਮੈਂ ਕੀ ਫੀਚਰ ਹੈ, ਕਿਉਂ ਹਮਾਰਾ ਟਰੈਕਟਰ ਉਹ ਟਰੈਕਟਰ ਸੇ ਵਧੀਆ ਹੈ। ਪਹਿਲੀ ਗੱਲ ਕਰਦਾ ਹੂੰ ਸਰ, ਹਮਾਰਾ ਟਰੈਕਟਰ ਕਾ ਜੋ ਆਪ ਸਾਈਨਿੰਗ ਦੇਖੇਂਗੇ, ਆਪਕੋ ਅਲੱਗ ਹੀ ਸਾਈਨਿੰਗ ਦੇਖੇਗੀ ਮੇਰੇ ਟਰੈਕਟਰ ਕੇ ਅੰਦਰ, ਜੋ ਕਾਫੀ ਅਦਰ ਮਤਲਬ ਡਿਫਰੈਂਸ ਕਰਤਾ ਟਰੈਕਟਰ ਮੈਂ, ਇਹ ਅਲੱਗ ਹੈ, ਠੀਕ ਹੈ ਜੀ। ਦੂਸਰੀ ਗੱਲ ਮੈਂ ਕਰਤਾ ਹੂੰ ਇੰਜਨ ਦੀ, ਜੋ ਹਮਾਰੇ ਬੁਜ਼ੁਰਗ ਕੀ ਜੀਟਰ ਦੀ ਜਾਨ ਹੈ ਇੰਜਨ, ਜੋ ਇੰਜਨ ਜੀਟਰ ਜੋ ਇੰਜਨ ਹੈ ਨਾ, ਇਹ ਉਹ ਜਿਹਨੇ ਜੋ ਚਰਕੋ ਸਲੋਕਿਆ ਕਾ ਕਭੀ ਜੋ ਮੇਰੇ ਬੁਜ਼ੁਰਗੋਂ ਕੋ ਮਿਲਾ ਥਾ, ਔਰ ਅਭੀ ਪ੍ਰੇਜੈਂਟ ਇਨ ਪ੍ਰੇਜੈਂਟ ਟਾਈਮ ਮੇ ਆਜ ਕੀ ਡੇਟ ਮੇ ਵਹੀ ਇੰਜਨ ਇਸ ਟਰੈਕਟਰ ਕੇ ਅੰਦਰ ਆਇਆ ਹੋਇਆ ਹੈ। ਇਹ ਮੋਡੀਫਿਕੇਸ਼ਨ ਇੰਜਨ ਹੈ ਸਰ, ਠੀਕ ਹੈ। ਅਬ ਮੈਂ ਇੰਜਨ ਕੀ ਖਾਸੀਅਤ ਵੀ ਬਤਾਨਾ ਚਾਹਤਾ ਹੂੰ ਸਾਥ ਕੇ, ਇੰਜਨ ਚੱਕੋ ਸਲੋਕੇ ਕਾ ਸਰ, ਇਹ ਇੰਜਨ ਹੈ ਨਾ ਜਿਸ ਇਸਮੇ ਡੀਜ਼ਲ ਕੰਜਪਸ਼ਨ ਬਹੁਤ ਕਮ ਰਹਿਤਾ ਹੈ, ਔਰ ਟਰੈਕਟਰ ਸੇ 10-15% ਤੇਲ ਹਮੇਸ਼ਾ ਕਮ ਹੀ ਲਾਏ ਲੱਗ ਰਹੇ ਹਨ, ਇਹ ਪਹਿਲੀ ਖੁਸ਼ੀ ਹੁੰਦੀ। ਦੂਸਰਾ ਸਰ, ਇੰਜਨ ਦਾ ਪਰਫੋਰਮੈਂਸ ਹੈ ਨਾ ਸਰ, ਟਰੈਕਟਰ ਦਾ ਇੰਜਨ ਦਾ ਪਰਫੋਰਮੈਂਸ ਬਹੁਤ ਵਧੀਆ ਮਿਲੇਗਾ, ਕਿਉਂਕਿ ਇੱਕ ਜੋ ਗੇਅਰ ਰੈਸੋ ਹੈ ਔਰ ਇੰਜਨ ਹੈ, ਉਹ ਜੋ ਰੈਸੋ ਬਣਾਏ ਹੈ ਸਰ, ਉਹ ਇਸਕੀ ਬੈਸਟ ਪਰਫੋਰਮੈਂਸ ਕੇ ਲੀਏ ਇਸਕੇ ਜੀਟਰ ਕੰਪਨੀ ਨੇ ਇਸਕੋ ਬਣਾ ਕੇ ਤਿਆਰ ਕੀਤਾ ਹੈ, ਠੀਕ ਹੈ। ਉਸਕੇ ਬਾਅਦ ਮੈਂ ਗੱਲ ਕਰਦਾ ਹੂੰ, ਇਸ ਇੰਜਨ ਕਾ ਮੈਂਟੇਨੈਂਸ ਬਹੁਤ ਕਮ ਰਹਿਣਾ ਵਾਲਾ, ਉਹ ਕਿਉਂ ਰਹਿਣੇ ਵਾਲਾ ਹੈ, ਕਿਉਂ ਅਦਰ ਮੈਂ ਕਹਿ ਸਕਦਾ ਹੈ, ਅਭੀ ਆਪਣੇ ਤੁਸੀਂ ਦੇਖਤੇ ਹੋ ਗਏ 4511 ਮੇ ਹਮਾਰਾ 45 HP ਟਰੈਕਟਰ ਮੇ ਵੀ ਹਮਨੇ ਓਇਲ ਵਾਟਰ ਓਇਲ ਕੂਲਰ ਲਗਾ ਰੱਖਾ ਹੈ ਹਮਨੇ, ਕਿ ਜੋ ਇੰਜਨ ਮੇ ਜੋ ਚਲਤਾ ਹੈ ਨਾ, ਗਰਮੀ ਆਤੀ ਹੈ ਤੇਲ ਮੇ, ਤੋ ਉਸਕੋ ਠੰਡਾ ਕਰਕੇ, ਜਿਸਸੇ ਕਿ ਜੋ ਇੰਜਨ ਕੇ ਜੋ ਪਾਰਟਸ ਹੈ, ਜੋ ਟੈਕਨੋਲੋਜੀ ਹੈ, ਉਹ ਪਾਰਟਸ ਕੋ ਉਨਕੀ ਲਾਈਫ ਲਾਈਫ ਬਣਾਨੇ ਕੇ ਲੀਏ ਇਸਕਾ ਬੜਾ ਅਹਿਮ ਭੂਮਿਕਾ ਰਹਿਤੀ ਹੈ। ਦੂਸਰੀ ਗੱਲ ਕਰਤਾ ਹੂੰ,
कि जो आजकल की है कि हर कंपनी में मेरे जो में ओल बॉस का पंप दिखता है, माइक्रो इनलाइन बॉस का पंप है, वो पंप सबसे बढ़िया माना जाता है। और कंपनी में की होता है कि रूटरी पंप लगा देता है, रूटरी पंप का मेंटेनेंस जो है ना सर बहुत महंगा पड़ता है। इसके सर मेंटेनेंस भी है और सर्विस सेंटर भी कितने भी आपको मिल जाते हैं, और ये पंप बहुत बढ़िया है। अब मैं गल करता हूँ ट्रैक्टर के वाइब्रेशन के, वाइब्रेशन इस ट्रैक्टर के अंदर आप चलाएंगे ना सर वाइब्रेशन लेस ट्रैक्टर है। हम लोग आपको स्टार्ट करके भी दिखाएंगे सर, आप देख भी सकते हैं। तो इसलिए भी ये और ट्रैक्टर से बड़ा डिफरेंस है इस ट्रैक्टर के अंदर। अब मैं गल करता हूँ सबसे पहले कि होता है सर ट्रैक्टर बड़ा कंफर्टेबल है। कंफर्टेबल कैसे सर, ये तो देखिए सर मैं बड़ा कंफर्टेबल महसूस कर रहा हूँ ट्रैक्टर में बैठ के। एडजस्टेबल सीट है सर, अगर मेरे को बड़ा छोटा करना है तो मैं कर सकता हूँ सर। और सर जो है ना लुक है ना सर, ये बंदा जमता है, जमता कैसे सर, जो हमारा स्टार्टिंग व्हील है ना वो छोटा होने का ना बालों को बड़ा ऐसे हो जाता है। बढ़िया स्टार्टिंग तो बहुत ही कंफर्टेबल है सर, स्टारिंग जो है ना पावर स्टारिंग तो है ही सर, बहुत ही कंफर्टेबल है। अगर मेरा जो हम लोग मामा से फार्मर रहना चाह रहे हैं वो ट्रैक्टर चलाएगा ना सर, वो थकान नहीं महसूस होती सर, चाहे 10 घंटे चले 12 घंटे उसको सर और काम करने की लगेगी सर। मैं कहता हूँ जो बंदा ना ट्रैक्टर कम चलाता है ना वो भी कहेगा सर मैं तो भी क्यों चलाऊंगा सर, वो 5 घंटे की जगह 8 घंटे चलाएगा क्योंकि सर कंफर्टेबल इतना बढ़िया है सर। फिर मैं गियर की बात करता हूँ सर, देखिए सर गियर लगाने में भी सर कोई प्रॉब्लम नहीं, बड़े आसानी से कंफर्टेबल एक्सीलेटर बड़े अच्छी जगह पे दिखती सर, कोई दिक्कत नहीं। इसमें क्या सर ब्रेक भी इतने बढ़िया है सर, कोई भी ब्रेक होने का ना ट्रैक्टर तरह से रुकता है सर, 2 या 4 इंच आगे नहीं जाएगा सर क्योंकि कोई भी ब्रेक है सर। उसके बाद के अंदर सर जो हमारा जीवन साथी या भाई बैठते हैं ना उसके लिए भी सर बड़े हैवी मजदार देते हैं सर, मोटी भेजते हैं और डिजाइन भी दिए। सो किसान भाओ इस अपनी BST कंपनी वालों अमर सिंह जी इंजीनियर आ उन्होंने चलो आपके तरीके दसिया अपन थोड़ा मोटा मोटा जहा दस दें जो इसका गेयर बॉक्स है वह भी जीटर कंपनी का डिजाइन किया हुआ हैलीकल कॉन्सटेंट मैश गेयर बॉक्स कह देंगे इन, जिसका मतलब आ कि इसकी गरारियों के दंदे टेढ़े आ ते मैक्सिमम जड़ा कह लो भी वो तो गरारियां दे दंदे एक दूजे नाल खह के चलते जिन्हों कह लो भी घसटते हैं, जिस नाल इसकी क्षमता जी खिंचन की पावर आ वो बढ़ जाती है। जिन्ने गरारियां का कॉन्टैक्ट एरिया वध होगा उन्ना ही ट्रैक्टर थोड़ा
ਪਾਵਰਫੁੱਲ ਹੋਊਗਾ, ਜਿਹਨੂੰ ਆਪਾਂ ਕਹਾਂਗੇ ਵੀ ਖਿਚਾਈ ਜ਼ਿਆਦਾ ਹੋਊਗੀ। ਸੋ ਬਹੁਤ ਹੀ ਸਮੂਥ ਇਹਦੇ ਗੇਅਰ ਆ। ਸੋ ਇਹ ਹਾਈਲੋ ਵਿੱਚ ਟਰੈਕਟਰ ਹੈਗਾ ਜੀ, ਔਰ ਪਾਵਰ ਸਟੇਅਰਿੰਗ ਆ। ਪ੍ਰੀਮੀਅਮ ਇਹਦੇ ਵਿੱਚ ਸਾਰੇ ਫੀਚਰਸ ਦਿੱਤੇ ਹੋਏ ਆ, ਮਤਲਬ ਕਿ ਸਵਿੱਚ ਦੀ ਕੁਆਲਿਟੀ ਵੀ ਤੁਸੀਂ ਦੇਖੋ, ਨੋਰਮਲ ਸਵਿੱਚ ਨਹੀਂ, ਇਹ ਵਧੀਆ ਕੁਆਲਿਟੀ ਦੀ ਸਵਿੱਚ ਦਿੱਤੀ ਹੋਈ ਆ। ਔਰ ਅੱਜ ਕੱਲ੍ਹ ਦੇ ਦੌਰ ਨੂੰ ਦੇਖਦੇ ਹੋਏ ਇਸਦੇ ਵਿੱਚ ਇੱਥੇ ਮੋਬਾਈਲ ਰੱਖਣ ਵਾਸਤੇ ਜਗ੍ਹਾ ਬਣਾਈ ਗਈ ਹੈ, ਔਰ ਇਹ ਨਾਲ ਹੀ ਮੋਬਾਈਲ ਚਾਰਜਰ ਆ। ਤੁਸੀਂ ਸਿੱਧੀ ਮੋਬਾਈਲ ਦੀ ਲੀਡ ਇੱਥੇ ਲਗਾਓਗੇ ਅਤੇ ਮੋਬਾਈਲ ਤੁਸੀਂ ਚਾਰਜ ਕਰ ਸਕੋਗੇ। ਪੋਲੀਮਰ ਦਾ ਇਸਦਾ ਟੈਂਕ ਆ, ਜੋ ਟੈਂਕੀ ਆ ਪੋਲੀਮਰ ਪਲਾਸਟਿਕ ਦੀ ਆਪਾਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਦੀ ਆਪਣੀਆਂ ਵੱਡੀਆਂ ਕਾਰਾਂ ਵਿੱਚ ਜਿਵੇਂ ਹੋਂਡਾ ਦੀ ਕਾਰਾਂ ਵਿੱਚ ਜਾਂ ਫੋਰਡ ਦੀਆਂ ਕਾਰਾਂ ਵਿੱਚ ਆਉਂਦੀ ਹੈ, ਉੱਦਾਂ ਦੀ ਇਸਦੀ ਟੈਂਕੀ ਹੈ, ਜਿਸ ਨਾਲ ਟੈਂਕੀ ਵਿੱਚ ਜੰਗਾਲ ਨਹੀਂ ਲੱਗਦਾ। ਔਰ ਟਰੈਕਟਰ ਦੇ ਅੱਗੇ ਪੰਪ ਦੀ ਲਾਈਫ ਵੱਧ ਜਾਂਦੀ ਹੈ, ਉਹਦੇ ਵਿੱਚ ਕਚਰਾ ਆਉਣ ਦੀ ਸੰਭਾਵਨਾ ਘੱਟ ਜਾਂਦੀ ਹੈ। ਸੋ ਇਹ ਹੀਟ ਗਾਰਡ ਦਿੱਤੇ ਹੋਏ ਜੀ, ਔਰ ਨਾਲ ਹੀ ਇੰਟੀਗ੍ਰੇਟਿਡ ਨੂੰ ਕਹਿ ਲਓ ਵੀ ਹੈਂਡਲ ਦਿੱਤਾ ਹੋਇਆ ਕਿ ਹੀਟ ਗਾਰਡ ਨੂੰ ਅਸੀਂ ਫੜ ਕੇ ਉੱਪਰ ਚੜ੍ਹ ਸਕਦੇ ਹਾਂ। ਔਰ ਪੁਜੀਸ਼ਨ ਐਂਡ ਡਰਾਫਟ ਲੀਵਰ ਆ ਜਾਂਦਾ, ਔਰ ਉਸਦੇ ਨਾਲ ਪਹਿਲਾਂ ਹੁਣ ਦੱਸ ਹੀ ਚੁੱਕੇ ਹਾਂ, ਲਿਫਟੋਮੈਟਿਕ ਆ ਜਾਂਦਾ, ਔਰ ਇਹ ਜਿਵੇਂ ਲਿਫਟ ਕੰਟਰੋਲ ਕਰਨ ਵਾਸਤੇ ਸਾਰਾ ਸਿਸਟਮ ਦਿੱਤਾ ਗਿਆ। ਸੋ ਇੱਥੇ ਦੀ ਹੈਂਡ ਬ੍ਰੇਕ ਦਿੱਤੀ ਹੋਈ ਹੈ, ਔਰ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਫਾਈਮ ਕੰਪਨੀ ਦੇ, ਮਤਲਬ ਕਿ ਕੁਆਲਿਟੀ ਵਾਈਜ਼ ਤੁਸੀਂ ਦੇਖੋ ਕ੍ਰਿਸਟਲ ਗਲਾਸ ਹੈ ਇਹਦਾ, ਬਹੁਤ ਸੋਹਣਾ ਡਿਜ਼ਾਈਨ ਦੇ ਇਸਦੇ ਇੰਡੀਕੇਟਰ ਦਿੱਤੇ ਹੋਏ ਆ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਭਰਾਵਾਂ ਦੀ ਵੀਡੀਓ ਦੇਖਣ ਲਈ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਾਂ ਅਮਰ ਸਿੰਘ ਜੀ ਨੇ ਜੋ ਗੱਲਾਂ ਹਿੰਦੀ ਵਿੱਚ ਦੱਸੀਆਂ ਇਸ ਦੀ ਇੱਕ ਪੰਜਾਬੀ ਵਰਸ਼ਨ ਵੀ ਬਣਾਵਾਂਗੇ ਕੱਲ੍ਹ ਨੂੰ। ਸੋ ਆਪਾਂ ਇਹਨੂੰ ਟ੍ਰਾਂਸਲੇਟ ਕਰਕੇ ਸਾਰੀਆਂ ਗੱਲਾਂ ਪੰਜਾਬੀ 'ਚ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਜੀ। ਇਟਸ ਫਰੋਮ ਬੀਰ ਐਗਰੋਟੈਕ, ਸ਼੍ਰੀ ਮੁਕਤਸਰ ਸਾਹਿਬ ਜੀ। ਆਪਣਾ ਐਡਰੈਸ ਲੱਭਣਾ ਹੋਵੇ ਤਾਂ ਅਬੋਹਰ ਰੋਡ 'ਤੇ ਕੈਨਰਾ ਬੈਂਕ ਪੁੱਛ ਲਓ, ਕੈਨਰਾ ਬੈਂਕ ਦੇ ਬਿਲਕੁਲ ਨਾਲ ਬੀਰ ਐਗਰੋਟੈਕ ਹੈ, ਨਵੀਂ ਦਾਣਾ ਮੰਡੀ ਵਾਲੀ ਸਾਈਡ, ਸ਼੍ਰੀ ਮੁਕਤਸਰ ਸਾਹਿਬ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।